ਸਰਹੱਦਾਂ ਦੇ ਨੇੜੇ ਤੋਂ ਨੇੜੇ ਜਾ ਕੇ ਮਿਲਣ ਦੀਆਂ ਕਈ ਖੂਬੀਆਂ ਜਿਨ੍ਹਾਂ ਦਾ ਉਹ ਇੱਕ ਪੂਰਾ ਇੱਕ ਚਾਨਣ ਬਨਾਰਾ ਬਣ ਕੇ ਗਏ ਨੇ। ਬੜੀ ਵੱਡੀ ਪਰਿਵਾਰ ਨੂੰ ਘਾਟ ਹੈ, ਲੇਕਿਨ ਸੁਲਝੇ ਵਿੱਚ ਸਿਆਸਤਦਾਨ ਸੀ, ਸੰਜੀਦਾ ਸੀ ਅਤੇ ਬੜੇ ਨਰਮਾਈ ਦੇ ਨਾਲ ਹਰ ਇਨਸਾਨ ਨੂੰ ਉਸ ਤਰ੍ਹਾਂ ਦਾ ਹੀ ਪਿਆਰ। ਤੁਸੀਂ ਵੀ ਆਪਾਂ ਮੁੱਖ ਮੰਤਰੀ ਰਹੇ ਹੋ, ਤੁਸੀਂ देखो क्योंकि मैं कांग्रेस पार्टी वालों जिस तरह कहते हैं मुख्यमंत्री बन का जो एक औरत के नाते मैं मान मिले तो उस नाते दे नालों हमेशा ही समझते सी कि एक देश भगत परिवार की बेटी है। मेरे माँ फादर दे भी जो उन्होंने संस्कार होया टौड़ा साहब तो ये दूजी पार्टी सी, लेकिन पिंड पठल जाके उन्होंने अफसोस किया तो उत्थे वादा किया कि एक लड़कियां साड़ियां किन्नियां अग्गे आउंदियां, तुसीं राजनीति च होवां किते होवां राजनीतिक टकराव रह सकदे आ, पर असीं तुहानूं अपनी छोटी भैण समझांगे। ओह उन्होंने पगाया भी। मैम जिस वक्त असीं इन्हां सारियां चीज़ां की गल ही करते हैं तो फिर सत्ता पक्ष तो उन्होंने सुभा किहो जिहा लगता सी तुहानूं, क्योंकि इन्ने चिर लंबे चिर मुख्यमंत्री रहना अपने आप दे विच इक एटीट्यूड भी आ जाता सब कुछ हो जाता, उन्होंने सुभा किहो जिहा लगता सी तुहानूं? देखो मैं यही कह भी सुभा दे विच तां मिठास ते नरमाई ते सहनशीलता भी सीगी, लेकिन उन्होंने अपनी पार्टी दे विच हुंदिया होया अपनी पार्टी लई पूरा पहरा दिता। एक मिसाल जिहड़ी सिर्फ इको मैं वड्डे अकाली लीडर च देखी है ਉਹ ਇਹ ਸੀ ਕਿ ਇਕਲੌਤੀ ਬੇਟੀ ਦੀ ਸ਼ਾਦੀ ਦੇ ਜਿਹਨੂੰ ਕਹਿੰਦੇ ਆਨੰਦ ਕਾਰਜ ਵਿੱਚ ਪੱਲਾ ਫੜਾਉਣ ਦੀ ਹੁੰਦੇ ਪਿਤਾ ਦੀ ਕਾਸ਼, ਉਹਨਾਂ ਨੇ ਉਸ ਨੂੰ ਛੱਡ ਕੇ ਆਪਦੇ ਅਕਾਲੀ ਦਲ ਵੱਲੋਂ ਮੋਰਚੇ 'ਚ ਜਾ ਕੇ ਕੈਦ ਕੱਟਣ ਨੂੰ ਪ੍ਰੈਫਰੈਂਸ ਦਿੱਤੀ। ਇਹ ਜਿਹੀਆਂ ਮਿਸਾਲਾਂ ਘੱਟ ਮਿਲਦੀਆਂ, ਚਾਹੇ ਉਹ ਦੇਸ਼ ਦੀ ਆਜ਼ਾਦੀ ਵਿੱਚ ਆਪਣੇ ਪਰਿਵਾਰਾਂ ਦੇ ਹਿੱਤਾਂ ਤੋਂ ਉੱਪਰ ਸਮਝਦੇ ਹੋਣ, ਚਾਹੇ ਉਹ ਆਪਣੇ ਕਿਸੇ ਵੀ ਰਾਜ ਦੀ ਲੜਾਈ ਵਿੱਚ। ਸੋ ਮੈਂ ਦੇਖਿਆ ਕਿ ਹਮੇਸ਼ਾ ਉਹ ਮਾਣ ਅਤੇ ਸਨਮਾਨ ਨਾਲ ਆਪਣੀ ਛੋਟੀ ਭੈਣ ਦੀ ਤਰ੍ਹਾਂ ਸਮਝਦੇ ਸੀ, ਭਾਵੇਂ ਸਾਡੀਆਂ ਰਾਜਸੀ ਡਿਫਰੈਂਸਸ ਸੀ ਉਹ ਆਪਣੀ ਲਾਈਨ 'ਤੇ ਖੜ੍ਹੇ ਅਤੇ, ਲੇਕਿਨ ਜੇ ਉਸ ਥਾਂ 'ਤੇ ਕੋਈ ਜਵਾਬ ਵੀ ਦੇਣਾ ਹੈ ਤਾਂ ਬੜੇ ਠਰਮੇ ਨਾਲ ਬੜੇ ਉਸ ਤਰ੍ਹਾਂ ਦੇ ਨਾਲ ਜਿਵੇਂ ਕਹਿੰਦੇ ਨੇ ਤਰੀਕੇ ਨਾਲ ਸਲੀਕੇ ਨਾਲ ਉਹ ਉਸ ਤਰ੍ਹਾਂ ਦਾ ਜਵਾਬ ਹੁੰਦਾ ਸੀ। ਤੁਹਾਨੂੰ ਲੱਗਦਾ ਕਿ ਜਿਸ ਵਕਤ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਜਰਬੇ ਹੁੰਦੇ ਨੇ ਉਸ ਤੋਂ ਬਾਅਦ ਹੁਣ ਅਕਾਲੀ ਦਲ ਵਾਸਤੇ ਇੱਕ ਬਹੁਤ ਔਖਾ ਸਮਾਂ ਹੈਗਾ ਹੈ, ਲੱਗਦਾ ਕਿ ਰਿਵਾਈਵ ਹੁਣ ਦੁਬਾਰਾ ਤੋਂ ਅਕਾਲੀ ਦਲ ਉਹ ਰੋਲ 'ਤੇ ਕਰ ਪਾਏਗੀ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ 'ਚ ਸੀ? ਦੇਖੋ ਹਮੇਸ਼ਾ ਵੱਡੇ ਲੀਡਰ ਦੇ ਜਾਣ ਨਾਲ ਤਾਂ ਹਮੇਸ਼ਾ ਫਰਕ ਪੈਂਦਾ ਹੈ, ਘਾਟਾ ਵੀ ਪੈਂਦਾ, ਸਾਰਾ ਕੁਝ ਹੁੰਦਾ, ਲੇਕਿਨ ਮੈਂ ਸਮਝਦੀ ਹਾਂ ਵੀ ਰਾਜਨੀਤੀ ਜਿਸ ਨੂੰ ਤੁਸੀਂ ਕਹਿੰਦੇ ਹੋ ਰਾਜਨੀਤੀ ਸਾਰੀ ਚਾਹੇ ਉਹ ਕਿਸੇ ਪਾਰਟੀਆਂ ਦੀ ਇਕੱਲੇ ਅਕਾਲੀ ਦਲ ਦੀ ਕਿਸੇ ਪਾਰਟੀਆਂ ਦੀ ਵੀ ਹੈ, ਉਹ ਰਾਜਨੀਤੀ ਦੇ ਵਿੱਚ ਹਮੇਸ਼ਾ ਜੇਕਰ ਗੰਦਲਾਪਣ ਆ ਗਿਆ ਤੇ ਜਿਹੜਾ ਮੈਂ ਸਮਝਦੀ ਹਾਂ ਕੋਈ ਬੜਾ ਸ਼ੁਭਾ ਨਹੀਂ ਚੰਗਾ ਨਹੀਂ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।